ਅਸਲਾਮੁਅਲੈਕੁਮ। ਬਜ਼ੁਰਗੋ ਕੀ ਹਾਲ ਹੈ? ਬਜ਼ੁਰਗੋ ਆਪਣਾ ਨਾਂ ਕੀ ਹੈ? ਮਾਮਾ ਯਕੂਬ ਸਾਹਿਬ। ਆਪਣਾ ਕਿਹੜਾ ਇਲਾਕਾ ਜੀ? ਇਹੋ ਇਲਾਕਾ ਜੀ, ਮਿਰਜ਼ਾਪੁਰ, ਪਿੰਡ ਮਿਰਜ਼ਾਪੁਰ, ਸਿਆਲਕੋਟ ਤੋਂ। ਸਿਆਲਕੋਟ ਇਲਾਕਾ, ਤਹਿਸੀਲ ਪਸੂਰ ਤਹਿਸੀਲ। ਬਜ਼ੁਰਗੋ, ਬੱਕਰੀਆਂ ਦਾ ਕਾਰੋਬਾਰ ਕਿੰਨੇ ਸਾਲਾਂ ਤੋਂ ਕਰਦੇ ਪਏ ਹੋ? 4-5 ਸਾਲ ਹੋ ਚਲੇ ਨੇ। ਇਹ 4-5 ਸਾਲ ਪਹਿਲਾਂ ਕਿੰਨੀਆਂ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ? ਇੱਕ ਬੱਕਰੀ ਸਾਡੇ ਘਰ। ਅੱਛਾ, ਤੇ ਮਾਸ਼ਾਅੱਲਾ ਹੁਣ ਕਿੰਨੀਆਂ ਬੱਕਰੀਆਂ ਨੇ? ਹੁਣ 12-14 ਹੈ ਨੇ। ਕਿੰਨੀਆਂ ਜੇ? 12-14। ਅੱਛਾ, 12-14 ਬੱਕਰੀਆਂ ਨੇ। ਨਾ ਤਾਂ ਵੇਚਣੀਆਂ ਨੇ। ਅੱਛਾ, ਮਗਰ ਮੈਂ ਪੁੱਛਾਂ ਕਿ 4 ਸਾਲਾਂ 'ਚ ਤੁਸੀਂ ਇਹ ਬੱਕਰੀਆਂ ਦੇ ਕਾਰੋਬਾਰ ਦੇ ਵਿੱਚ ਕੀ ਖੋਇਆ, ਕੀ ਪਾਇਆ ਅਤੇ ਕੀ ਦੱਸੋਗੇ? ਘਰ ਦਾ ਖਰਚਾ ਹੋਇਆ, ਤਾਂ ਲੋੜ ਪੈਂਦੀਆਂ ਵੇਚਣੀ ਨੇ ਵਿੱਚੋਂ। ਅੱਛਾ, ਅਤੇ ਉਹ ਆਪਣਾ ਕਿਤੇ ਪੈਲੀ ਬੀਜਣੀ ਪੈਸੇ ਲਾ ਲਏ। ਅੱਛਾ, ਮਸਾਲਾ ਪਾਉਣਾ ਪੈਸੇ ਲੈ ਲਏ। ਅੱਛਾ, ਜਾਂ ਘਰ ਕੇ ਸਬਜ਼ੀ ਆਪਣਾ ਪੱਤੀ ਮਿੱਠਾ ਸਾਬਣ ਸੋਡਾ, ਜਿਹੜਾ ਘਰ ਦੇ ਖਰਚੇ ਬੜੇ ਨੇ ਬੱਚਿਆਂ ਦੇ। ਅੱਛਾ ਬਜ਼ੁਰਗੋ, ਇੱਕ ਬੱਕਰੀਆਂ ਤੋਂ ਘਰ ਦਾ ਖਰਚਾ ਚੱਲ ਜਾਂਦਾ? ਆਹੋ, ਨਹੀਂ ਇੰਨਾ ਨਹੀਂ ਚੱਲਦਾ, ਬਾਹਰ ਵਾਲੇ ਬੱਕਰੀਆਂ ਹੋਣ 15-20 ਫਿਰ ਚੱਲਦਾ। ਅੱਛਾ, 15-20 ਬੱਕਰੀਆਂ ਹੋਣ ਤਾਂ ਫਿਰ ਚੱਲਦਾ, ਫਿਰ ਚੱਲਦਾ, ਚੱਲਦਾ, ਸਹੀ ਚਲਾ ਲੈਂਦਾ। ਹਾਂ, ਫਿਰ ਚਲਾ ਲੈਂਦਾ। ਅੱਛਾ, ਇਹਨਾਂ ਤੋਂ ਪੈਸੇ ਕਿਸ ਤਰ੍ਹਾਂ ਹਾਸਲ ਕੀਤੇ ਜਾਂਦੇ ਨੇ? ਦੇਖੋ, ਮੱਝਾਂ ਦਾ ਲੋਕ ਕੰਮ ਕਰਦੇ ਨੇ, ਦੁੱਧ ਦਾ ਕੰਮ ਕਰਦੇ ਨੇ, ਉਹਨਾਂ ਨੂੰ ਰੋਜ਼ ਦੇ ਪੈਸੇ ਮਿਲਦੇ ਨੇ, ਰੋਜ਼ ਹੀ ਰੋਜ਼ ਮਿਲਦੇ। ਤੇ ਇਹਦੇ 'ਚ ਤੁਹਾਨੂੰ ਕਿਸ ਤਰ੍ਹਾਂ ਰੋਜ਼ ਦੇ ਪੈਸੇ ਮਿਲਦੇ? ਇਹਨਾਂ ਨੂੰ ਜਦੋਂ ਕੁਰਬਾਨੀ ਆਈ ਸੀ ਨਾ, ਫਿਰ ਇਹ ਲੈ ਲਾ 30-35 ਹਜ਼ਾਰ ਦਾ ਵਿਕਦਾ। ਅੱਛਾ, ਉਹ ਫਿਰ ਪ੍ਰੋਫਿਟ ਜਿਹੜੀ ਬਚ ਜਾਂਦੀ ਹੈ। ਅੱਛਾ, ਉਹ ਪੈਸੇ ਬਚ ਜਾਂਦੇ, ਉਹ ਇਹ ਨੱਕ ਦੇ ਵਿਕ ਜਾਣ, 4 ਲੈ ਲਏ ਤਾਂ ਉੱਤੇ ਵਿਕ ਜਾਣ। ਅੱਛਾ, ਇਹ ਨਿਕ ਟਿਕ ਵਿਕ ਜਾਂਦੇ। ਅੱਛਾ ਬਜ਼ੁਰਗੋ, ਇਹ 14 ਬੱਕਰੀਆਂ ਨੇ ਤੁਹਾਡੇ ਕੋਲ, ਕਿਹੜੀ ਕਿਹੜੀ ਨਸਲ ਦੀਆਂ ਜੀ? ਇਹ ਦੋਗਲੀਆਂ ਬੱਕਰੀਆਂ ਪੁੱਤਰ। ਅੱਛਾ, ਦੋਗਲੀ ਦੇਸੀ ਨਹੀਂ ਹੈ। ਅੱਛਾ, ਦੋਗਲੀ ਬੱਕਰੀ ਜਦੋਂ ਸੁਣਦੀ ਹੈ ਕਿੰਨੇ ਬੱਚੇ ਦਿੰਦੀ ਹੈ? ਤਿੰਨ ਬੱਚੇ ਦੇ ਨੇ ਇਸ ਹਿਸਾਬ ਨਾਲ ਕਦੀ ਤਿੰਨ ਦੇ ਫੜਦੀਆਂ ਨੇ ਕਦੀ ਦੋ ਦੇ ਫੜਦੀਆਂ ਕਦੀ ਇੱਕ ਵੀ ਦੇ ਫੜਦੀਆਂ ਨੇ ਅੱਛਾ ਇਹ ਸਾਬ ਨਾਲ ਨਾ ਕਦੀ ਤਿੰਨ ਦੇ ਫੜਦੀਆਂ ਨੇ ਕਦੀ ਦੋ ਦੇ ਫੜਦੀਆਂ ਕਦੀ ਇੱਕ ਵੀ ਦੇ ਫੜਦੀਆਂ ਨੇ ਅੱਛਾ ਇਹ ਸਾਬ ਨਾਲ
ਉਹ ਸਰਕਤ ਜਿਹੜਾ ਚਲੀ ਜਾਂਦਾ। ਅੱਛਾ ਤੇ ਬਜ਼ੁਰਗੋ ਇੱਕ ਬੱਕਰੀ ਦੇ ਰੋਜ਼ ਦਾ ਖਰਚਾ ਕਿੰਨਾ ਕੁ ਆ ਜਾਂਦਾ? ਇਸ ਸਾਲ ਸਾਡਾ ਖਰਚਾ ਕੋਈ ਨਹੀਂ, ਪਿਛਲੇ ਸਾਲ ਸਾਡੀ ਤੂੜੀ ਸੀ ਬੜੀ ਤੇ ਚੋਕਰ ਦਾਣੇ ਭੰਗ ਲਏ, ਜੋ ਸਾਡੀ ਕਈ ਸਾਰੀ ਜ਼ਮੀਨ ਪਈ ਹੈ ਨਾ, ਇਸ ਵਾਸਤੇ ਅਸੀਂ ਹੁਣ ਬਾਹਰ ਹੀ ਖੋਲਦੇ ਹਾਂ, ਪਾਉਂਦੇ ਕੋਈ ਨਹੀਂ ਘਰ। ਅੱਛਾ, 12 ਇੱਕ ਵਜੇ ਖੋਲਣੇ ਨੇ ਅਤੇ ਸ਼ਾਮ ਨੂੰ ਬੰਨ ਛੱਡਣੇ ਨੇ। ਅੱਛਾ, ਦਿਨ 'ਚ ਕਿੰਨੀ ਦਫ਼ਾ ਚਰਾਈ ਕਰਦੇ ਹੋ? ਇੱਕੋ ਵਾਰੀ ਖੋਲਦੇ ਹਾਂ ਬਸ, ਫਿਰ ਸ਼ਾਮ ਨੂੰ ਬੰਨ ਜਾਣੇ। ਅੱਛਾ ਅੱਛਾ, ਹਾਂ ਅੰਦਰ ਬਾਹਰ ਹੋਏ ਤਾਂ ਲੈ ਜਾਂਦੇ, ਜਾ ਕੇ ਨਮਾਜ਼ ਪੜ੍ਹਨੀ ਹੁੰਦੀ ਹੈ। ਅੱਛਾ, 14 ਬੱਕਰੀਆਂ ਨੇ ਤੇ ਵਿੱਚ ਬੱਕਰੇ ਵੀ ਆਏ ਨੇ? ਲੈ ਲੈ, 4 ਲੈ ਲੈਣੇ। 4 ਲੈ ਲੈਣੇ, 4 ਬੱਕਰੇ ਨੇ ਤੇ ਬੱਕਰੀਆਂ ਦੁੱਧ ਦਿੰਦੀਆਂ ਨੇ? ਇਹ ਹੁਣ ਬੱਚੇ ਹੀ ਪੀਂਦੇ ਨੇ ਫਿਰ? ਨਹੀਂ, ਹੁਣ ਤਾਂ ਬੱਕਰੀਆਂ ਦੁੱਧ ਬੱਚੇ ਛੱਡ ਛੱਡਗੇ ਘੱਟ ਹੋ ਜਾਏਗਾ, ਫਿਰ ਚੋਲੀ ਦਾ ਦੁੱਧ ਦੀ ਘੜ ਵੀ ਦੇਖਦੀ ਨੇ, ਇੱਕ ਬੱਕਰੀ ਦੇਖਦੀ ਹੈ ਤੇ ਫਿਰ ਬੱਚੇ ਵੀ ਪੀਂਦੇ ਨੇ ਸਾਰਾ ਦਿਨ। ਤੇ ਬੱਕਰੀ ਵੱਧ ਤੋਂ ਵੱਧ ਦੁੱਧ ਕਿੰਨਾ ਦਿੱਤਾ ਤੁਹਾਡੇ ਕੋਲ ਅੱਜ ਤੱਕ? ਅਸੀਂ ਤਾਂ ਇਸ ਤੋਂ ਵੱਧ ਨਹੀਂ ਚੋਇਆ। ਕਿੰਨਾ? ਕਿਉਂਕਿ ਇਹੋ ਕਿਲੋ ਡੋ ਲਿਆ ਇੱਕ ਟਾਈਮ ਦਾ, ਚੋਲੇ ਇੱਕ ਟਾਈਮ ਦਾ ਜਾਂ ਦੋ ਟਾਈਮਾਂ ਦਾ? ਨਹੀਂ, ਇੱਕੋ ਟਾਈਮ, ਬਾਕੀ ਫਿਰ ਬੱਚੇ ਪੀਂਦੇ ਰਹਿੰਦੇ ਸਾਰਾ ਦਿਨ। ਅੱਛਾ, ਬੱਚੇ ਜਦੋਂ ਬੱਚੇ ਖੋਲ ਜਾਣੇ ਨੇ ਫਿਰ ਉਹਨੇ ਪੀਣਾ, ਫਿਰ ਨਹੀਂ ਹਟਾਉਣਾ। ਅੱਛਾ, ਇੱਕ ਬੱਕਰੀ ਦਾ ਬੱਚਾ ਵੀ ਨਹੀਂ, ਨਾ ਦੁੱਧ ਹੁਣ ਦਿੰਦੀ ਹੋਏ, ਫਿਰ ਚੋਨੇ ਨੇ ਅੰਜ ਨਹੀਂ ਚੋਂਦੇ ਸੀ, ਇਹਦਾ ਕਿ ਬੱਚੇ ਪੀਣ ਜਾਂ ਤਗੜੇ ਹੁੰਦੇ ਨੇ। ਅੱਛਾ, ਇੱਕ ਬੱਕਰੀ ਦਾ ਬੱਚਾ ਕਿੰਨੀ ਦੇਰ 'ਚ ਜਵਾਨ ਹੋ ਜਾਂਦਾ? ਇਹ 1.5 ਸਾਲ ਦਾ ਬੱਚਾ ਹੋ ਜਾਂਦਾ ਜਵਾਨ, ਮਾਸ਼ਾਅੱਲਾ ਚੰਗਾ ਹੋ ਜਾਂਦਾ। ਅੱਛਾ, ਪਰ ਉਹਾਂ ਵਿੱਚ ਹੁਣ 25-25 ਹਜ਼ਾਰ ਦੇ, 20-20 ਹਜ਼ਾਰ ਦੇ। ਕਿੰਨੇ ਬੱਕਰੇ ਵੇਚੇ ਹਨ? 3 ਵੇਚੇ ਹਨ ਤੇ ਇੱਕ ਕਰਵਾਇਆ ਸੀ। ਤੇ ਕਿੰਨਾ ਪ੍ਰੋਫਿਟ ਹੋਇਆ ਉਹਨਾਂ ਬੱਕਰਿਆਂ 'ਚ ਤੁਹਾਨੂੰ? ਕਿੰਨਾ ਖਰਚਾ? 60-70 ਹਜ਼ਾਰ ਰੁਪਇਆ ਜਿਹੜਾ ਨਾ ਪਚ ਗਿਆ ਸੀ ਤੁਹਾਨੂੰ? ਪਚ ਗਿਆ ਸੀ, ਘਰ ਹੀ ਲੱਗ ਗਏ ਹੁਣ ਪਹੁੰਚ ਜਾਓਗੇ। ਅੱਛਾ, ਇਹਨਾਂ ਨੂੰ ਖੁਰਾਕ 'ਚ ਕੀ ਦਿੰਦੇ ਹੋ? ਖੁਰਾਕ 'ਚ ਜੇ ਐਤਕੀ ਤਾਂ ਕੁਛ ਵੀ ਨਹੀਂ ਪਾਇਆ, ਪਿਛਲੇ ਸਾਲ ਦੱਸਿਆ ਤੁਹਾਨੂੰ, ਪਿਛਲੇ ਸਾਲ ਤੂੜੀ ਤੇ ਚੋਕਰ ਤੇ ਦਾਣੇ ਪਾਉਂਦੇ ਸੀ ਕਣਕ ਦੇ। ਅੱਛਾ ਅੱਛਾ, ਹਾਂਜੀ। ਅੱਛਾ, ਚੁਰਾਈ ਤੋਂ ਬਾਅਦ ਸਾਰਾ ਦਿਨ ਤੁਸੀਂ ਚੁਰਾਈ ਕਰਦੇ ਰਹਿੰਦੇ ਹੋ ਤੇ ਸ਼ਾਮ ਨੂੰ ਘਰ ਜਾ ਕੇ ਵੀ ਉਹਨਾਂ ਕੋਲ ਦਾਣਾ ਵੰਡਾ ਜਾਂ ਗੁੜ ਛੁੱਟ ਪਾਉਂਦੇ ਹੋ? ਕੁਝ ਨਹੀਂ ਪਾਉਣਾ? ਕੁਛ ਨਹੀਂ, ਕੁਝ ਨਹੀਂ। ਜਦੋਂ ਮਤਲਬ ਕਿ ਮੈਂ ਕਹਿ ਸਕਦਾ ਤੁਸੀਂ ਬੱਕਰੀਆਂ ਫ੍ਰੀ ਪਾਲਦੇ ਪਏ ਹੋ? ਹਾਂ, ਹੁਣ ਫ੍ਰੀ ਪਲਦੀਆਂ ਪਈਆਂ ਜਾਂ ਕਿਸਾਨ ਸਾਡੀ ਜੂ ਪਈ ਦੀ ਸਾਰੀ? ਅੱਛਾ, ਸਾਰੀ ਜੂ ਪਈ ਦੀ, ਸਾਰਾ ਦਿਨ ਇੱਥੇ ਝਾੜ ਦਿੰਦੇ ਹੋ? ਨਹੀਂ, ਕੋਈ ਵੀ ਬਜਾਇਆ ਦਾ ਫਸਲ ਬਜਾਇਆ ਫਿਰ ਨਹੀਂ ਬਾਹਰ ਖੁੱਲਦੀਆਂ, ਫਿਰ ਆਵਾਜ਼ਾਰੀ ਹੁੰਦੀ ਹੈ, ਸੜਕੋ ਨਾਲੇ ਪਾਰ ਖੜਨੇ ਪੈਂਦੀਆਂ, ਫਿਰ ਉੱਧਰ ਜਾ ਕੇ ਨਾ। ਅੱਛਾ ਬਜ਼ੁਰਗੋ, ਇਹ ਵੀ ਦੱਸੋ ਐਂ ਦੀ ਕਿਰਮਕਸ਼ੀ ਕਿੰਨੀ ਦੇਰ ਬਾਅਦ ਕਰਦੇ ਹੋ? ਮਹੀਨੇ 2 ਮਹੀਨੇ ਜਾ ਕੇ ਨਾ, ਤੂੰ 3 ਮਹੀਨੇ ਬੜਾ ਕਰਮਾ ਦੁਆ ਲਿਆ ਕੇ ਦੇਣਾ ਦੇਖਣੀ ਦਾ। ਅੱਛਾ, ਦੁੱਧ 'ਚ ਪਾ ਕੇ ਉਹ ਦੁਆ ਕਿਹੜੀ ਲਿਆ ਕੇ ਦਿੰਦੇ ਹੋ? ਦੁਆ ਦਾ ਕੀ ਨਾਂ ਹੈ? ਮੁੰਡਾ ਲਿਆਉਂਦਾ ਜਾਂ? ਮੇਰਾ ਖਿਆਲ ਤਾਂ ਨਿਲ ਜੀ ਨਹੀਂ ਹੈ। ਹਾਂ, ਨਿਲ ਜੇ ਨਾ ਦੇਣ। ਆਹੋ,
ਉਹ ਮੁੰਡਾ ਜਾ ਕੇ ਦਿੰਦਾ ਜੇ ਆਰਾਮ ਚਲਾਉਂਦੀਆਂ ਨੇ, ਨਾਲ ਨਫਾ ਵੀ ਹੁੰਦਾ ਫਿਰ ਬੜਾ। ਅੱਛਾ ਅੱਛਾ, ਪਿੰਡੀ ਦਾ ਇੱਕ ਮੁੰਡਾ ਰੱਖੀ ਦੇ ਨਾ, ਉਹਦੇ ਕੋਲ ਕੋਈ 40-50 ਨੇ। ਅੱਛਾ, ਤੇ ਉਹ 2-3 ਲੱਖ ਰੁਪਇਆ ਵੱਟਦਾ ਕੁਰਬਾਨੀ ਦੇ ਜਾ ਕੇ ਲੈ ਲਿਆ ਜੀ। ਮਾਸ਼ਾਅੱਲਾ ਮਾਸ਼ਾਅੱਲਾ, ਤੇ ਤੁਸੀਂ ਕਹਿੰਦੇ 2-3 ਲੱਖ ਵਟਿਆ ਨਾ? ਨਹੀਂ, ਅਸਾਂ ਰੱਖੇ ਥੋੜੀਆਂ ਨੇ। ਅੱਛਾ ਅੱਛਾ, ਸਾਡੀ ਮੱਝਾਂ ਵੀ ਐ। ਅੱਛਾ ਅੱਛਾ, ਮੱਝਾਂ ਵੀ ਨਹੀਂ ਗਾਏ, ਬੱਕਰੀਆਂ ਨੇ। ਅੱਛਾ ਅੱਛਾ, ਦੱਸੋ ਕਿ ਬੱਕਰੀਆਂ ਦਾ ਕੰਮ ਕਰਨਾ ਸੌਖਾ ਕੰਮ ਹੈ ਜਾਂ ਔਖਾ ਕੰਮ ਹੈ? ਉਹ ਨਹੀਂ ਪੁੱਤਰੇ, ਏਡਾ ਔਖਾ ਸੌਖਾ ਏਡਾ ਸੌਖਾ ਕੋਈ ਵੀ ਨਹੀਂ। ਅੱਛਾ, ਆ ਮਿਹਨਤ ਬੜੀ ਹੁੰਦੀ ਹੈ ਇਹਨਾਂ ਦੀ, ਦੌੜਾ ਭੱਜੀ ਸਾਰ ਕਰਨੀ ਪੈਂਦੀ ਹੈ। ਅੱਛਾ, ਪਰ ਅਸੀਂ ਹੁਣ ਕਰਨਾ ਵੀ ਆ ਗਿਆ, ਸਕੂਲ ਜਾਣਾ। ਅੱਛਾ, ਇਹੋ ਕੁਝ ਕਰਨਾ। ਅੱਛਾ, ਇਕੱਲੇ ਹੀ ਇਹਨਾਂ ਦੀ ਚੁਰਾਈ ਕਰਦੇ ਹੋ, ਨਾਲ ਕੋਈ ਹੋਰ ਵੀ ਹੈ? ਉਹ ਕਦੀ ਉਹ ਬੱਚਾ ਵੀ ਆ ਜਾਂਦਾ ਤੇ ਮੈਂ ਘਰ ਟੁਰ ਜਾਂਦਾ ਵਾਂ, ਜੇ ਉਹ ਵਿਹਲਾ ਹੋਏ ਤੇ ਜੇ ਕਿਤੇ ਕੰਮ ਸ਼ਾਮ ਤੁਰ ਜਾਏ ਤਾਂ ਫਿਰ ਮੈਂ ਹੀ ਜਾਂਦਾ ਵਾਂ। ਮੈਂ ਹੁਣ ਮਾੜਾ ਹੋ ਗਿਆ, ਮੈਂ ਲੱਕ ਵੀ। ਅੱਛਾ ਬਜ਼ੁਰਗੋ, ਐਂਡ ਤੇ ਇਹ ਦੱਸੋ, ਕੋਈ ਇੱਕ ਬੰਦਾ ਬੱਕਰੀਆਂ ਦਾ ਕੰਮ ਕਰਨਾ ਚਾਹੁੰਦਾ ਹੈ, ਤੇ ਉਹ ਕਿੰਨੀਆਂ ਕੁ ਬੱਕਰੀਆਂ ਰੱਖੇ ਤੇ ਆਪਣੇ ਘਰ ਦਾ ਖਰਚਾ ਸੌਖਾ ਵਾਰਾ ਚਲਾ ਲੇਗਾ? ਘੱਟੋ ਘੱਟ 15 ਕੁ ਬੱਕਰੀਆਂ ਹੋਣੀ ਚਾਹੀਦੀਆਂ ਨੇ, ਤੇ ਫਿਰ ਅੱਗੋਂ ਸੂਏ ਪੈ ਜਾਣ ਤੇ ਫਿਰ ਘਰ ਦਾ ਸਰਕ ਸਾਰਾ ਨਿਜ਼ਾਮ ਚਲਾਉਂਦੀਆਂ ਨੇ, ਨਾਲ ਨਫਾ ਵੀ ਹੁੰਦਾ ਫਿਰ ਬੜਾ। ਅੱਛਾ ਅੱਛਾ, ਸੱਚੀ ਗੱਲ। ਚਲੋ ਬਜ਼ੁਰਗੋ, ਤੁਹਾਡੀ ਵਾਹਵਾ ਸਾਰੀ ਮਿਹਰਬਾਨੀ।